अस्सलाम वालेकुम जी व्यूअर्स, मैं आपका अपना अजीम विक्की और आप देख रहे हैं अजीम विक्की ऑफिशियल। जनाब हमारे मोस्ट सीनियर आर्टिस्ट हैं अय्यूब मिर्ज़ा साहब, तो रात को उनके साथ एक वकूआ हो गया है। लुटे पुटे गए ने, राती कितने गए सन पता नहीं, कितने गए थे ना, बहरहाल बड़ा जी अफसोसनाक वकूआ आया है और पता नहीं की लै गए ने। बहर हालांकि होंगे कुछ नहीं इन्हों को, लेकिन फिर भी कुछ लै गए। बहरहाल ऐ मेरे नाल कौड़ी दवाइयर का मूँह लैके खड़े, तो मिर्ज़ा साहब की मसला की बनया रहा। बहरहाल पहले तो बड़ा अफसोस करना करना बन गया बता। हाँ जी, उन्होंने डाकुओं जिन्होंने लुटे है उन्होंने अफसोस बन गया। हाँ, क्योंकि वो जरा छापर लै गए ने। हाँ जी, वो कई छापर सर, कई छापर सर। तो की होया कि मिर्ज़ा साहब मेरी दरबार से ड्यूटी है, तो मैं मतलब चावल पा के देने लोगों को। वो होया कि सी पाजी जिदे लुटे हो ना उन्होंने पता होंगे, जो ना जो कोल हो बंदा गल्लां करता होंगे। मैं हर बंदा कहते वाकया पूरा सुन लो, मेरा दुख तो सुन लो। उन्होंने पटका बनिया ने अपने मुंह अपने पटका बनिया लक न पटके वाले डाकू जो हमेशा घोड़े के पटके वाले डाकू देखे भाजी अजकल जदीद दौर आ 2003 जराब नूं खुंगी लगी हुंदी, पिछो जुगत हुंदी है, जुगत अगे हुंदी है हमेशा। मैं दसना यार, मैनू दसो पाए गल की है, लफाफे अगे बैग टंगे सारा कुछ किया,
ਮੈਂ ਕਿਹਾ ਹੋਰੇ ਪਹਿਲੇ ਵੀ ਲੁੱਟਦੇ ਆਏ ਨੇ ਮਤਲਬ ਤੇ ਸੇਲਮੈਨ ਡਾਕੂ ਮੈਂ ਕਿਹਾ ਚੂੰਟੀਆਂ ਦੁਕਾਨਾਂ ਤੇ ਸਮਾਨ ਦਿੰਦਾ ਹੋਇਆ ਲਾ ਰੋ ਮੈਂ ਸਮਝਿਆ ਕਿ ਅੱਛਾ ਪਤਾ ਕਿ ਕੁਛ ਡਾਕੂ ਸਿਆਣੇ ਹੁੰਦੇ ਨੇ ਹਾਂ ਇੱਥੋਂ ਲੁੱਟਿਆ ਤੇ ਨਾਲ ਰਾਜ ਗਰੋਸਰੀ ਦਾ ਸਮਾਨ ਵੀ ਲੈ ਲਿਆ ਹਾਂਜੀ ਨਹੀਂ ਸਮਝੇ ਮਤਲਬ ਕਿਹੜੇ ਡਾਕੂ ਹੁੰਦੇ ਨੇ ਬਾਕੀ ਜ਼ਮੀਨਦਾਰ ਡਾਕੂ ਹੁੰਦਾ ਕੋਈ ਕੋਈ ਛੜਾ ਡਾਕੂ ਹੁੰਦਾ ਕੋਈ ਬੈਚਲਰ ਡਾਕੂ ਹੁੰਦਾ ਕੋਈ ਵਿਆਹ ਡਾਕੂ ਹੁੰਦਾ ਹਾਂਜੀ ਕੋਈ ਨਾਈ ਡਾਕੂ ਹੁੰਦਾ ਕੋਈ ਵਧਾਉਣਗੇ ਕੋਈ ਮਿਸਤਰੀ ਡਾਕੂ ਨਹੀਂ ਹੋਣ ਹਾਂਜੀ ਭਾਜੀ ਡਾਕੂ ਇੱਕੋ ਹੀ ਹੁੰਦਾ ਵਾ ਕਿ ਡਾਕੂਆਂ ਦੇ ਵੱਖਰੇ ਵੱਖਰੇ ਡਿਜ਼ਾਈਨ ਆ ਅੱਛਾ ਕਿਹਾ ਕੀ ਉਹਨਾਂ ਨੇ ਉਹਨਾਂ ਨੇ ਮੈਨੂੰ ਕਿਹਾ ਜੀ ਗੱਡੀ ਸਾਈਡ ਤੇ ਲਾ ਲਈ ਉਹ ਮੈਂ ਗੱਡੀ ਸਾਈਡ ਤੇ ਲਾ ਲਈ ਮੈਨੂੰ ਕਹਿੰਦਾ ਜਨਾਬ ਗੱਲ ਸੁਣੋ ਮੈਂ ਕਿਹਾ ਮੈਨੂੰ ਦੱਸੋ ਆਰਡਰ ਕੀ ਆ ਮੇਰੇ ਵਾਸਤੇ ਮੈਂ ਤਾਂ ਜ਼ਰੂਰੀ ਜਾ ਰਿਹਾ ਮੈਨੂੰ ਆਰਡਰ ਦਿਓ ਇੱਥੇ ਆ ਉਹਨੇ ਕਹਿੰਦਾ ਮੈਂ ਤਾਂ ਆਰਡਰ ਕੀ ਮਤਲਬ ਤੁਸੀਂ ਵੇਟਰ ਸੀ ਉਹਨੇ ਖਾਣਾ ਖਾਣਾ ਆਇਆ ਉਹਨੂੰ ਕਹਾ ਕਿ ਯਾਰ ਗੱਲ ਕੀ ਸਿੱਧੀ ਗੱਲ ਆ ਭਾਈ ਕੀ ਲੱਗ ਮੈਨੂੰ ਕਹਿੰਦਾ ਮੈਂ ਦੱਸਣਾ ਤੁਹਾਨੂੰ ਅੱਛਾ ਇਹ ਯਾਰ ਲੈ ਵੀ ਮਿਰਜ਼ਾ ਤੇਰਾ ਜ਼ਿੰਦਗੀ ਦਾ ਆਖਰੀ ਦਿਨ ਹੀ ਆ ਹਾਏ ਹਾਏ ਮੋਟਰਸਾਈਕਲ ਵੀ ਗਿਆ ਤੇਰੀ ਜੇਬ 'ਚ ਜਿਹੜਾ ਕੋਈ 200-300 ਰੁਪਈਆ ਜਾਂ 1000-2000 ਉਹ ਵੀ ਗਿਆ 200-300 ਤੱਕ ਠੀਕ ਹੈ ਉਹ ਵੀ ਗਿਆ ਤੇ ਨਾਲ ਕੋਈ 3500 ਦੀ ਮੋਟਰਸਾਈਕਲ ਉਹ ਵੀ ਗਈ ਅੱਛਾ ਉਹਦੀ ਉਹ ਗੱਲ ਸੁਣੋ ਭਾਜੀ ਤੁਸੀਂ ਤੁਹਾਨੂੰ ਅੱਬਾ ਜੀ ਨਹੀਂ ਯਾਦ ਹੋਏਗੇ ਮੈਂ ਤੁਹਾਨੂੰ ਦੱਸਣਾ ਕਿਉਂਕਿ ਤੁਹਾਡੇ ਵਾਲ ਸਾਹਿਬ ਹੀ ਕਹਿੰਦੇ ਹੁੰਦੇ ਸੀ ਮੇਰੇ ਵਾਲ ਸਾਹਿਬ ਕਹਿੰਦੇ ਹੁੰਦੇ ਸੀ ਅੱਲਾ ਕਰੀ ਕਰਿਆ ਮੈਂ ਦੱਸਣਾ ਤੁਹਾਨੂੰ ਹਾਂ ਤੇ ਉਹ ਲੇਕਿਨ ਕਹਿੰਦੇ ਸੀ ਲੇਕਿਨ ਮੈਂ ਫਿਰ ਚੁੱਪ ਕਰ ਗਿਆ ਮੈਂ ਕਿ ਸ਼ਾਇਦ ਯਾਰ ਐਵੇਂ ਮਜ਼ਾਕ ਕਰ ਰਿਹਾ ਉਹ ਮੈਨੂੰ ਸੱਚੀ ਮੁੱਝ ਉਹਨੇ ਕਿਹਾ ਸਾਈਡ ਤੇ ਗੱਡੀ ਲਾਓ ਮੈਂ ਲਾ ਲਈ ਮੈਂ ਕਿਹਾ ਹੁਣ ਦੱਸੋ ਕਹਿੰਦਾ ਦੱਸਣਾ ਤੁਹਾਨੂੰ ਮੈਂ ਕਿ ਦੱਸੋ ਤੇ ਸਹੀ ਮੈਂ ਇੰਜ ਕਿਹਾ ਚਪੇੜੇ ਖਾਣ ਵਾਲੀ ਗੱਲ ਆਰਾਮ ਨਾਲ ਕਹੋ ਭਾਜੀ ਗੱਲ ਕੀ ਦੱਸੋ ਤੇ ਸਹੀ ਚਪੇੜੇ ਖਾਣ ਵਾਲੀ ਗੱਲ ਗੁੱਸਾ ਚੜਾਉਂਦੇ ਫਿਰ ਅੱਛਾ ਇੱਕ ਇਹ ਜੀ ਹਰਕਤ ਕਰਕੇ ਗੁੱਸਾ ਚੜਾਉਂਦੇ ਨੇ ਇੱਕ ਗੱਲ ਲੰਮੀ ਕਰਕੇ ਗੁੱਸਾ ਚੜਾਉਂਦੇ ਉਫ ਅੱਛਾ ਫਿਰ ਕੀ ਹੋਇਆ ਜੀ ਉਹਨਾਂ ਨੇ ਮੈਨੂੰ ਕਿਹਾ ਕਿ ਭਾਜੀਆਂ ਤੁਸੀਂ ਗੱਲ ਸੁਣੋ ਮੇਰੀ ਸਾਈਡ ਤੇ ਆਓ ਕਹਿੰਦਾ ਮੈਂ ਇੱਕ ਅਦਾਰੇ ਚ ਮੁਲਾਜ਼ਮ ਹਾਂ ਲੈ ਦਰਨ ਦੀ ਲੋੜ ਨਹੀਂ ਅੱਛਾ ਇਹ ਜਰਾ ਸਾਈਡ ਤੇ ਆ ਕੇ ਬੈਠਾ ਸਰਪੀ ਬੁੜਾ ਭਾਜੀ ਮਿਊਨਿਸਪਲ ਕਮੇਟੀ ਦੇ ਵਿੱਚ ਸੀ ਮੱਲਾ ਜਾਣੇ ਕਿਹੜੀ ਕਮੇਟੀ ਬੋਲੀ ਵਾਲੀ ਸੀ ਜਾਂ ਕੋਈ ਮੀਟਿੰਗ ਵਾਲੀ ਕਮੇਟੀ ਸੀ ਨਹੀਂ ਨਹੀਂ ਠੀਕ ਹੈ ਉਹ ਗੱਲ ਠੀਕ ਕਰ ਰਹੇ ਨੇ ਕਿਉਂਕਿ ਉਹਦਾ ਫਿਰ ਮਤਲਬ ਦਿਨ ਦੀ ਤਵਾਜ਼ਨ ਵੀ ਠੀਕ ਨਹੀਂ ਔਰ ਉਹ ਮੈਨੂੰ ਕੀ ਪਤਾ ਯਕੀਨਨ ਉਹਨੇ ਤੁਹਾਡੇ ਨਾਲ ਸੈਲਫੀ ਨਹੀਂ ਲਵਾਈ ਤੁਹਾਡੀ ਮੋਟਰਸਾਈਕਲ ਨਾਲ ਲਵਾਈ ਬਿਲਕੁਲ ਇਹ ਨਾਇਆਬ ਕਿਸਮ ਦੀ ਮੋਟਰਸਾਈਕਲ ਹੈ ਇਸ ਤਰ੍ਹਾਂ ਆਮ ਤੌਰ ਤੇ ਉਹ ਹੁਣ ਜਿਹੜਾ ਬੰਦੇ ਇਹਨਾਂ ਨੂੰ ਗੱਲਾਂ ਕਰਨਾ ਨੇ ਕਿ ਵੇਖੋ ਕਿੱਡਾ ਵੱਡਾ ਬੰਦਾ ਹੈ ਤਾਂ ਥੱਲੇ ਮੋਟਰਸਾਈਕਲ ਨਹੀਂ ਹੈ ਅਸਲ 'ਚ ਨਿਆਬ ਹੈ ਇਹ ਮਸਾਈ ਠੀਕ ਹੈ ਜੀ ਗੱਡੀ ਥੋੜੀ ਜਿਹੀ ਸਾਈਡ ਤੇ ਸੀ ਅੱਧੀ ਕੁ ਨਜ਼ਰ ਆ ਰਹੀ ਸੀ ਜਿੱਥੋਂ ਜਿੱਥੋਂ ਖਰਾਬ ਸੀ ਉਹੀ ਵਿਖਾਉਣੀ ਤੁਸੀਂ ਮੇਰੀ ਗੱਡੀ ਦੇਖੋ ਨਾ ਅੱਲਾ ਮਾਫ ਕਰੇ ਤੁਸੀਂ ਮੇਰੀ ਗੱਡੀ ਦੇਖੋ ਨਾ ਉਹ ਤੁਹਾਡੇ ਕੋਲ ਨਹੀਂ ਵੇਖੀ ਜਾਂਦੀ ਅਸੀਂ ਕਿਤੋਂ ਯਾਰ ਤੁਹਾਨੂੰ ਅਜੇ ਅੰਦਾਜ਼ਾ ਨਹੀਂ ਕਿ ਗੱਡੀ ਕਿਹੋ ਜੀ 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 ਹਾਂਜੀ ਤੁਹਾਨੂੰ ਵੀ ਅੰਦਾਜ਼ਾ ਨਹੀਂ ਕਿ ਉਹ ਕਿਵੇਂ ਚੱਲ ਰਹੀ ਹੈ ਦੱਸ ਰਹੀ ਜ਼ਿਆਦਾ ਟਾਈਮ ਨਹੀਂ ਲਾਂਗੇ ਕਿਉਂਕਿ ਦਾਸਤਾਨ ਬਹੁਤ ਲੰਬੀ ਹਾਂ ਡਾਕੂ ਲੁੱਟ ਕੇ ਲੈ ਗਏ ਪਤਾ ਨਹੀਂ ਕੀ ਸੈਲਫੀ ਲੈ ਗਏ ਸੈਲਫੀ ਲੈ ਗਏ ਲੈ ਗਏ ਤੇ ਇਹ ਗੱਲ ਜਦੋਂ ਮੁੱਕੇਗੀ ਨਾ ਤੁਹਾਨੂੰ ਇਨਸ਼ਾਅੱਲਾ ਦੁਬਾਰਾ ਦੱਸਾਂਗੇ ਜ਼ਰੂਰ ਕਿ ਇਹਦਾ ਫੈਸਲਾ ਹੋਇਆ ਕੀ ਲੋ ਜੀ ਮੇਰਾ ਮਿਰਜ਼ਾ ਦਾ ਦੁਖੀ ਦੇ ਮੂਹਰੇ ਕਹਿ ਦਿਓ ਲੋ ਫਿਰ ਮਿਲਨੇ ਅਗਲੇ ਪ੍ਰੋਗਰਾਮ ਚ ਲੋ ਜੀ ਫਿਰ ਮਿਲਨੇ ਅਗਲੇ ਪ੍ਰੋਗਰਾਮ ਦੇ ਵਿੱਚ ਦੁਖੀ ਦੁਖੀ ਮੂਹ ਦੁਖੀ ਮੂਹ ਲੋ ਜੀ ਤੁਹਾਨੂੰ ਮਿਲਨੇ ਅਗਲੇ ਪ੍ਰੋਗਰਾਮ ਚ ਨਹੀਂ ਇਹ ਤੇ ਰੋਣਾ ਵਾਲਾ ਹੋ ਗਿਆ ਨਾ ਦੁਖੀ ਮੂਹ ਦੁਖੀ ਹੁਣ ਮੇਰੇ ਸਿਰ ਚ ਥੋੜਾ ਮਾਰ ਤੇ ਖੂਨ ਤੇ ਧੀਰੀਆਂ ਨਿਕਲਣੀਆਂ ਹੁਣ ਤੇ ਮੈਂ ਤੈਨੂੰ ਦੁੱਖ ਸੁਣਾਵਾਂ ਓਕੇ ਜੀ ਨਾਜ਼ਰੀਨ ਫਿਰ ਨਾਜ਼ਰੀਨ ਅਗਲੇ ਪ੍ਰੋਗਰਾਮ ਚ ਮਿਲਦੇ ਆ ਸਾਰੀ ਮੁਲਾਕਾਤ ਹੋਏਗੀ ਅਜ਼ੀਮ ਵਿੱਕੀ ਸਾਹਿਬ ਦੇ ਨਾਲ ਬਾਕੀ ਦੁੱਖ ਅਗਲੇ ਹਫਤੇ ਅਗਲੇ ਅੱਲਾਹ ਹਾਫਿਜ਼ ਅੱਲਾਹ ਹਾਫਿਜ਼